ਜਗਦੀਸ਼ ਟਾਈਟਲਰ ਦੇ ਮੁਆਫੀ ਮੰਗਣ ਵਾਲੇ ਬਿਆਨ ਨੂੰ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਿਰੇ ਤੋਂ ਖਾਰਜ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਪ੍ਰਕਿਰਿਆ ਨੂੰ ਸਿਰਫ ਸਿੱਖਾਂ ਲਈ ਦੱਸਿਆ ਅਤੇ ਕ੍ਰਿਮੀਨਲ ਕੇਸ ਤਹਿਤ ਸਿਵਲ ਕੋਰਟ ਦੇ ਵਿੱਚ ਟਾਈਟਲਰ ਖਿਲਾਫ ਕੇਸ ਜਾਰੀ ਰਹਿਣ ਦੀ ਗੱਲ ਕਹੀ। ਨਹੀਂ ਦੇਖੋ, ਜਿਹੜੀ ਅਕਾਲ ਤਖਤ ਤੇ ਪੇਸ਼ੀ ਜਾਂ ਮਾਫੀ ਮੰਗਣੀ ਹੈ ਉਹ ਸਿੱਖਾਂ ਲਈ ਹੈ, ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਜਿਹੜੀ ਧਾਰਮਿਕ ਮਰਿਆਦਾ ਨੂੰ ਕਿਸੇ ਕੰਮ ਰਾਹੀਂ ਠੇਸ ਪਹੁੰਚਦੀ ਹੈ, ਕਿਸੇ ਦੀ ਕੀਤੀ ਕਾਰਵਾਈ ਰਾਹੀਂ ਠੇਸ ਪਹੁੰਚਦੀ ਹੈ, ਤੇ ਇਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਾ ਉਹਦੇ ਲਈ ਹੈ। ਔਰ ਉਹ ਵੀ ਜਦੋਂ ਅਕਾਲ ਤਖ਼ਤ ਵੱਲੋਂ ਉਹਨੂੰ ਤਲਬ ਕੀਤਾ ਜਾਂਦਾ ਇਹ ਉਦੋਂ ਪੇਸ਼ ਹੁੰਦਾ। ਆਪਣੇ ਤੌਰ 'ਤੇ ਪੇਸ਼ ਹੋ ਜਾਵੇ ਬੇਸ਼ੱਕ, ਲੇਕਿਨ ਉਹਦਾ ਜਿਹੜਾ ਫੈਸਲਾ ਹੈ ਉਹ ਸਿਰਫ ਧਾਰਮਿਕ ਮਰਿਆਦਾ ਤੱਕ ਹੀ ਸੀਮਤ ਰਹਿ ਸਕਦਾ। ਜਿਹੜੇ ਕ੍ਰਿਮੀਨਲ ਐਕਟਸ ਨੇ ਉਹਨਾਂ ਬਾਰੇ ਜਿਹੜਾ ਹੈ ਉਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਨਹੀਂ ਹੋ ਸਕਦੀ। ਦੂਸਰਾ, ਬੇਸ਼ੱਕ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਲੇਕਿਨ ਉਹ ਗੈਰ ਸਿੱਖ ਹੈ ਅਤੇ ਗੈਰ ਸਿੱਖ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਨਹੀਂ ਕੀਤਾ ਜਾ ਸਕਦਾ ਜਾਂ ਉਹਦੀ ਪੇਸ਼ੀ ਨਹੀਂ ਮੰਨੀ ਜਾ ਸਕਦੀ। ਬਾਕੀ ਆਪਣੇ ਮਨ ਦੇ ਵਿੱਚ ਜਿਹੜੀ ਗਿਲਟ ਜੋ ਉਹਦੀ ਭਾਵਨਾ ਬਣ ਗਈ ਕਿ ਮੇਰੇ ਤੋਂ ਇਹ ਗਲਤ ਕੰਮ ਹੋਇਆ, ਉਹਦੇ ਵਾਸਤੇ ਉਹ ਪੇਸ਼ ਹੁੰਦਾ ਅਤੇ ਹੋਵੇ, ਉਹਦੇ ਮਨ ਦੀ ਆਪਣੇ ਦੀ ਸ਼ੁੱਧੀ ਹੈ। ਲੇਕਿਨ ਉਹਦੇ ਵਿੱਚ ਮਾਫ਼ ਕਰ ਦੇਣ ਦਾ ਜਾਂ ਕੋਈ ਹੋਰ ਐਸੀ ਗੱਲ ਕਾਰਵਾਈ ਕਰਨ ਦਾ ਕੋਈ ਵਿਵਸਥਾ ਨਹੀਂ। ਇਹਨਾਂ ਨੂੰ ਤਾਂ ਸਿਵਲ ਕੋਰਟ ਵਿੱਚ ਹੀ ਮੰਨਣਾ ਚਾਹੀਦਾ ਵੀ ਮੇਰੇ ਤੋਂ ਇਹ ਗਲਤੀ ਹੋ ਗਈ, ਅਤੇ ਗੁਰੂ ਰਾਮਦਾਸ ਦੇ ਸਥਾਨ 'ਤੇ ਆ ਕੇ, ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ 'ਤੇ ਆ ਕੇ ਜਿਹੜੀ ਅਰਦਾਸ ਕਰਨੀ ਚਾਹੀਦੀ ਹੈ ਵੀ ਮੈਨੂੰ ਸ਼ਾਂਤੀ ਬਖਸ਼ੇ। ਬਾਕੀ ਕੇਸਾਂ ਦੇ ਵਿੱਚ ਤਾਂ ਮੰਨਣਾ ਪਊਗਾ ਜਾ ਕੇ ਉੱਥੇ ਹੀ, ਜੇ ਕ੍ਰਿਮੀਨਲ ਕੇਸ ਕੀਤਾ ਕੋਈ ਤਾਂ ਉੱਥੇ ਜਾ ਕੇ ਅਦਾਲਤ 'ਚ ਕਹਿਣਾ ਚਾਹੀਦਾ ਕਿ ਮੈਂ ਗਲਤ ਕੰਮ ਕਰ ਚੁੱਕਿਆ।